आप लोग भी जाओ गरम जाओ। चलो चलो आप प्रोजेक्ट का बराबर अपना देखो क्या सब में कब जाएगा चलो ये लो ये बराबर की फाइल कोरी 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 वो काफ़ी देर से काम कर रहे थे तो इनफॉरमेशन जी है सानू स्पेसिफिकली मिली इस लोकेशन जो इतने आए थे तो एक फ्लैट जिस वे उन्होंने जब दरवाजा खोलने को मना कर दिया तो फोर्सिबली दरवाजा तोड़ के अंदर बड़ी पुलिस बाहरली पिछों भी उपरले फ्लैट से जंप करके दूजे वाले फ्लैट से आके उस फ्लैट के दो बच्चिया से एक फ्लैट करने वाले बच्चिया उन्हें बंदियों होस्टेज बना लिया छोटी बच्ची चुक के इधर बैल्कनी से लिया सामने वाली सामने वाली बैल्कनी से लिया कि पब्लिक के व्यू के मैं गोली मार करता रहा पुलिस से साढ़े पार्टी इंस्पैक्टर डी एस पी बराड़ जारी थी तो उपरों उन्होंने खड़के क्या सरेंडर करने इन्हें उन्होंने वाल फायर किया उपर तो उस तो बाद बच्ची के सिर के उत्ते गल रख लिया तो उन्होंने धमका पुलिस ने भी मैं मार दिया क्या मीनवाइल वाल जो ये गल कर रहे थे तो उतों साढ़े कमांडो ने उसको जंप करके उन्होंने धक्का मारिया जिन्हें उन्हें फायर किया उन्होंने जो फायर किया तो वो मुंडे के सुखविंदर सिंह ये सही गोली लग गई पट की तो मीनवाइल ये दो गोलियां लगियां जिन्हें करके हॉस्पिटल ले जाया गया वो बच्ची भी हॉस्पिटल ले जाया गया मार ਪਹਿਲੀ ਪ੍ਰਾਇਰਟੀ ਸੀਗੀ ਜਿਹੜਾ ਜੇਲ੍ਹ ਦੇ ਜਿਹੜੇ
ਇੰਜਰਡ ਨੇ ਜਾਂ ਹੋਰ ਨੇ ਉਹਨਾਂ ਨੂੰ ਟੇਕ ਕਰ ਤੇ ਆਪਣੀ ਟੀਮ ਕਿਤੇ ਵੀ ਪਹੁੰਚ ਗਈ ਸਰ ਅਸੀਂ ਇੱਥੇ ਆ ਗਏ ਸੀ 6 ਵਜੇ ਤੇ ਕਿੰਨੀ ਦੇਰ ਚੱਲਿਆ ਪੂਰਾ ਜਦੋਂ 6:30 ਦੇ 6:30 ਦੇ ਦਰਮਿਆਨ ਸ਼ੁਰੂ ਹੋਇਆ ਸੀ ਅਬਾਊਟ 15-20 ਮਿੰਟ ਇਹਦੇ ਸਾਰਾ ਚੱਲਿਆ ਜਦੋਂ ਤਕਰੀਬਨ 35-35 ਮਿੰਟ ਹੀ ਲੱਗ ਗਏ ਸੀ ਜਦੋਂ ਇਹ ਕੰਮ ਹੋਇਆ ਜਦੋਂ ਉਹ ਪਹਿਲਾਂ ਸਰੈਂਡਰ ਕਰਨ ਕਹਿੰਦੇ ਰਹੇ ਉਹ ਕਰਦੇ ਰਹੇ ਪਰ ਇਹਨਾਂ ਮੀਨ ਵਾਈਲ ਫਿਰ ਜਦੋਂ ਸਰ ਕੀ ਪਿਸਟਲਸ ਵਗੈਰਾ ਵੀ ਯੂਜ਼ ਕਰ ਲਿਆ ਸਰ ਰਿਵਾਲਵਰ ਤੇ ਪੁਲਿਸ ਦੇ ਲੋਕ ਕਿੰਨੇ ਫਾਇਰ ਹੋਏ ਸਰ ਸੇਲਸ ਵੈਪਨ ਦੇ ਸਰ ਇਹ ਜੁਆਇੰਟ ਆਪਰੇਸ਼ਨ ਹੈ ਜਾਂ ਪੰਜਾਬ ਪੁਲਿਸ ਦੇ ਆਪਰੇਸ਼ਨ ਸਾਡਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਉਹ ਪੂਰਾ ਆਪਰੇਸ਼ਨ ਹੈ ਸਪੈਸੀਫਿਕ ਸਰ ਇਹ ਦੋ ਬੰਦੇ ਫੜੇ ਨਾਮ ਦੌਰਾ ਬੰਦੇ ਸਰ ਪਲੀਜ਼ ਇੱਕ ਦਾ ਹੈਗਾ ਜੀ ਗਿੰਦਾ ਕਾਣਾ ਤੇ ਦੂਸਰਾ ਜਰਮਨ ਜਿਹੜਾ ਮਰਿਆ ਸਰ ਦੀ ਏਜ ਕਿੰਨੀ ਹੈਗੀ ਇਹਦੀ 25 ਸਾਲ ਦਾ ਤੇ ਕਿੰਨੇ ਕੇਸ ਉਹਨੇ ਦਰਜ ਦੇ ਤੇ 22 ਦਾ ਮਿਨਿਮਮ ਹੈਗੇ ਆ ਹੁਣੇ ਰਾਜਸਥਾਨ ਪੁਲਿਸ ਨੇ ਥੋੜੇ ਦਿਨ ਪਹਿਲਾਂ 1 ਲੱਖ ਰੁਪਏ ਨਾਮ ਰੱਖਿਆ ਉਸ ਤੋਂ ਪਹਿਲਾਂ ਪੰਜਾਬ ਦਾ ਵੀ ਹੈਗਾ ਹਰਿਆਣੇ ਦਾ ਵੀ ਤੇ ਲਾਰੈਂਸ ਦੀ ਕੋਈ ਗਰੁੱਪ ਹੈ ਤੇ ਇਹ ਸ਼ਾਰਪ ਸ਼ੂਟਰ ਸੀ ਸਰ ਸ਼ਾਰਪ ਤੇ ਇੱਥੇ ਸਰ ਕੁਝ ਵੱਡਾ ਸਭ ਤੋਂ ਵੱਡਾ ਮਾਮਲਾ ਕਿਹੜਾ ਅੰਜਾਮ ਦਿੱਤਾ ਵਾ ਜਿਹਨੇ ਮਤਲਬ 22 ਮਾਮਲੇ ਦੇ ਸਰ ਇੱਥੇ ਵੀ ਕੋਈ ਸ਼ਿਕਾਇਤਾਂ ਲੁੱਟਾਂ ਕਿਡਨੈਪਿੰਗ ਅਜੇ ਐਕਟਿਵਾਂ ਨਾ ਤੱਕ ਨਾ ਮਰੋ ਸਰ ਕੁਝ ਇਹੋ ਜਿਹਾ ਮਤਲਬ ਕਿ ਇੱਥੇ ਵੀ ਕੋਈ ਕ੍ਰਾਈਮ ਵਗੈਰਾ ਕਰਨ ਆਏ ਸੀ ਜਾਂ ਕਿਸੇ ਕ੍ਰਿਮੀਨਲ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਜਿਹੜੇ ਦੋਨੋਂ ਫੜੇ ਉਹਨਾਂ ਦੇ ਕੋਈ ਗੋਲੀ ਲੱਗੀ ਜਿਹੜੇ ਦੂਜੇ ਸਰ Thank you.